फ्री करके देने हैं जी। ओदे मतलब 3000 रुपया कीमत हुंदी है जी, आम तौर ते 2500 3000 2000 हां जी, मतलब ए मार्केट दे विच रेट चलदा है जी। आपा फ्रीज करके देने हैं, फ्रीज करके देने हैं, चाहे कस्टमर साडे तों लेवलर नाम ही लेके जावे, हां जी, साडे कोल कल्ली कैलिब्रेशन करवाउणा जी, असीं ओह भी फ्री करके देवांगे। लो इक साडा आ मॉडल आ जांदा जी, ये मॉडल दे विच की है जी, तुसीं इहनूं पाणी पा दो, डबो दो, हां जी, फुल गारंटी है साडी जी। ਆਪਾਂ ਕਹਿ ਲਈਏ ਵੀ ਇਹ ਵਾਟਰਪ੍ਰੂਫ ਹੈ, ਸਾਰਾ ਵਾਟਰਪ੍ਰੂਫ ਹੈ, ਜਿਵੇਂ ਮੋਬਾਈਲ ਕਹਿ ਦਿੰਦਾ ਵੀ ਵਾਟਰਪ੍ਰੂਫ ਹੈ, ਇਹ ਵੀ ਵਾਟਰਪ੍ਰੂਫ ਹੈ। ਕਸਟਮਰ ਇਹ ਬ੍ਰਾਂਟ ਔਰ ਬ੍ਰਾਂਟੀ ਹੈ ਨਹੀਂ, ਇਹਦਾ ਵੀ ਬ੍ਰਾਂਟੀ ਪਤਾ ਖੜ ਜੇ, ਇਹਦੀ 25000 ਰੁਪਏ ਕੀਮਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਸਵਾਗਤ ਕਰਦਾ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਸੋ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਲੇਜ਼ਰ ਲੈਵਲਰ ਦੀ ਪਲੱਸ ਰਿਪੇਅਰਿੰਗ ਦੀ। ਸੋ ਜਿਹੜੇ ਵੀਰਾਂ ਨੇ ਆਪਾਂ ਰਿਪੇਅਰਿੰਗ ਕਰਾਉਣ ਦੀ ਬੜੀ ਦਿੱਕਤ ਆਉਂਦੀ ਹੈ ਹਨਾ, ਪਰ ਰਿਪੇਅਰਿੰਗ ਕਰਾਉਣੀ ਆ, ਸੋ ਸਾਰੀ ਜਾਣਕਾਰੀ ਇਸ ਵੀਡੀਓ 'ਚ ਦੇਵਾਂਗੇ। ਸੋ ਨਾਲ ਆਪਾਂ ਜਾਣਕਾਰੀ ਦੇਣੀ ਆ ਨਵੇਂ ਜਿਹੜੇ ਲੇਜ਼ਰ ਲੈਵਲਰ ਆ ਇਹਨਾਂ ਬਾਰੇ। ਸੋ ਇਸ ਟਾਈਮ ਆਪਾਂ ਹੈ ਨਾਨਕ ਗਰੁੱਪ ਐਗਰੋ ਵਰਕਸ 'ਤੇ, ਸੋ ਬਾਜਾ ਖਾਨਾ ਰੋਡ ਨੀਅਰ ਜੈਤੋ ਬਾਈਪਾਸ ਕੋਟਕਪੂਰਾ ਦੇ ਵਿੱਚ ਆ। ਸੋ ਬਾਈ ਆਪਾਂ ਗਗਨ ਢਿੱਲੋਂ ਕੋਲ ਪਹੁੰਚੇ ਹਾਂ, ਸੋ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੀ ਆ। ਸੋ ਜਿਹੜੇ ਇਹਨਾਂ ਦੇ ਲੇਜ਼ਰ ਲੈਵਲਰ ਆ ਅਤੇ ਪਲੱਸ ਜਿਹੜੀ ਰਿਪੇਅਰਿੰਗ ਆ, ਰਿਪੇਅਰਿੰਗ ਦੇ ਵਿੱਚ ਜਿਹੜਾ ਕੀ ਕੁਛ ਪ੍ਰੋਸੀਜਰ ਹੁੰਦਾ ਹੈਗਾ, ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਦੇਣੀ ਆ। ਵੀਡੀਓ ਦੇ ਐਂਡ ਤੱਕ ਬਣੇ ਰਹੋ ਅਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ, ਅਤੇ ਅੱਜ ਫਿਰ ਆਪਾਂ ਗੱਲਬਾਤ ਕਰਦੇ ਹਾਂ ਬਾਈ ਨਾਲ, ਅਤੇ ਤੁਹਾਨੂੰ ਸਾਰੀ ਜਾਣਕਾਰੀ ਆ ਜਿਹੜੇ ਲੇਜ਼ਰ ਲੈਵਲਰ ਆ ਪਲੱਸ ਜਿਹੜੇ ਕਿਹੜੇ ਕਿਹੜੇ ਸਿਸਟਮ ਵਰਤਦੇ ਆ ਇਹ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਆ ਜਾਓ ਆਪਾਂ ਗੱਲਬਾਤ ਕਰਦੇ ਹਾਂ ਬਾਈ ਗਗਨ ਨਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋ ਠੀਕ ਹੋ ਬਾਈ ਜੀ? ਵਧੀਆ ਬਾਈ। ਸੋ ਅਤੇ ਇਹ ਬਾਈ ਆਪਣੇ ਗਗਨ ਢਿੱਲੋਂ ਨਾਲ ਆਪਣੇ, ਅਤੇ ਜਿਹੜਾ ਆਪਾਂ ਅੱਜ ਪਹੁੰਚੇ ਹੈਗੇ ਨਾਨਕ ਗਰੁੱਪ ਐਗਰੀ ਵਰਕਸ 'ਤੇ। ਸੋ ਬਾਈ ਦਾ ਰਿਪੇਅਰਿੰਗ ਦਾ ਵੀ ਕੰਮ ਆ, ਸੋ ਸੇਲ ਦਾ ਵੀ, ਇਹਨਾਂ ਦੇ ਜਿਹੜੇ ਲੇਜ਼ਰ ਲੈਵਲਰ ਆ ਨਾਨਕ ਗਰੁੱਪ। ਸੋ ਸਾਰੀ ਜਾਣਕਾਰੀ ਲੈਂਦੇ ਹਾਂ ਬਾਈ ਤੋਂ। ਸੋ ਬਾਈ ਤੁਹਾਡੇ ਕੋਲ ਕਿਹੜੇ ਕਿਹੜੇ ਲੇਜ਼ਰ ਲੈਵਲਰ ਆ ਜਾਂਦੇ ਆ ਸਾਰੇ? ਬਾਈ ਜੀ ਆਪਣੇ ਕੋਲ ਸਪੋਰਟਸ ਮਾਡਲ ਸਾਡਾ ਆ ਗਿਆ ਜੀ। ਜੀ ਇਹ ਸਾਡਾ ਸਪੋਰਟਸ ਪਲੱਸ ਆ ਗਿਆ। ਇਹ ਸਪੋਰਟਸ ਪਲੱਸ ਆ, ਆਪਾਂ ਪਹਿਲਾਂ ਸਪੋਰਟਸ ਦੀ ਗੱਲ ਕਰ ਲੈਂਦੇ ਹਾਂ। ਹਾਂਜੀ ਹਾਂਜੀ ਹਾਂਜੀ, ਜਿਹੜਾ ਸਾਡਾ ਸਪੋਰਟਸ ਮਾਡਲ ਆ ਜਾਂਦਾ ਜੀ, ਇਹਦੇ ਵਿੱਚ 7 ਕੁਇੰਟਲ ਲਗਭਗ 60 ਕਿਲੋ ਦੇ ਕਰੀਬ ਕਰੀਬ ਵੇਟ ਜਾ ਵੜਦਾ ਜੀ ਇਹਦਾ ਵੇਟ। ਹਾਂਜੀ ਜੀ, 7 ਕੁਇੰਟਲ 60 ਕਿਲੋ, ਇਹਦੇ ਵਿੱਚ ਕਲਰ ਆਪਣੇ ਮਤਲਬ ਜਿਵੇਂ ਤੁਸੀਂ ਯੈਲੋ ਕਲਰ ਲਾ ਲਓ, ਗ੍ਰੀਨ ਲਾ ਲਓ, ਔਰੇਂਜ ਲਾ ਲਓ, ਠੀਕ ਹੈ, ਸਾਰੇ ਤਰ੍ਹਾਂ ਦੇ ਇਹਦੇ ਵਿੱਚ ਆਪਣੇ ਕੋਲ ਕਲਰ ਅਵੇਲੇਬਲ ਆ, ਆਪਸ਼ਨਲ। ਠੀਕ, ਆਪਸ਼ਨਲ, ਇਹਦੇ ਵਿੱਚ ਇਹ ਚੀਜ਼ ਆ ਵੀ ਜਿਹੜਾ ਆਪਣਾ ਇਹ ਸਾਰਾ ਕਲਰ ਆ, ਹਾਂਜੀ, ਜਿਵੇਂ ਉਹ ਬਾਹਰਲਾ ਲਾ ਲਓ, ਤੁਸੀਂ ਇਹ ਲਾ ਲਓ, ਇਹ ਸਾਰੇ ਪੱਠੀ ਪੇਂਟ 'ਚ ਨੇ, ਪੱਠੀ ਪੇਂਟ। ਹਾਂ, ਇਹ ਸਾਰਾ ਪੱਠੀ ਪੇਂਟ ਕਰਦੇ ਹਾਂ ਆਪਾਂ ਜੀ, ਬਿਲਕੁਲ ਪੂਰੀ ਫੁੱਲ ਮਜ਼ਬੂਤੀ ਹੈ ਜੀ, ਚਾਹੇ ਉਹ ਤੁਸੀਂ ਹਿੱਸੇ ਦੀ ਲਾ ਲਓ, ਚਾਹੇ ਤੁਸੀਂ ਮਤਲਬ ਬਕਟ ਦੀ ਲਾ ਲਓ, ਗੇਅਰ ਮਾਸਟਰ ਦੀ ਕੁਆਲਿਟੀ ਪੂਰੀ ਫੁੱਲ ਹੈ ਜੀ, ਮਤਲਬ ਟੋਟਲ ਸਾਰੀ ਬਕਟ ਦੀ ਆਪਣੇ ਕੋਲ ਕੁਆਲਿਟੀ ਹੈਗੀ, ਕੁਆਲਿਟੀ ਹੈ। ਇਸ ਤੋਂ ਬਗੈਰ ਆਪਾਂ ਜੀ ਅੱਗੇ ਗੱਲ ਕਰੀਏ, ਸਾਡਾ ਇੱਕ ਨਵਾਂ ਮਾਡਲ ਮਾਰਕੀਟ ਦੇ ਵਿੱਚ ਆ ਜੀ, ਉਹ ਇਹ ਮਾਡਲ ਹੈ ਜੀ, ਇਹ ਸਪੋਰਟਸ ਪਲੱਸ ਦੇ ਨਾਮ ਨਾਲ ਜਾਣਿਆ ਜਾਂਦਾ ਜੀ। ਸਪੋਰਟਸ ਪਲੱਸ ਦੇ ਮਾਡਲ ਦੇ ਨਾਲ ਵੇਖੀਏ ਤਾਂ ਲੁੱਕ ਵਗੈਰਾ ਵੀ ਵੱਖਰੀ ਚੇਂਜ ਕਰਤੀ ਹੈ, ਚੇਂਜ ਆ ਜੀ, ਚੇਂਜ ਆ ਜੀ, ਬਹੁਤ ਸੋਹਣਾ ਮਾਡਲ ਬਣਿਆ ਜੀ, ਇਸ ਟਾਈਮ ਸਾਡਾ ਇਹ ਬਹੁਤ ਜ਼ਿਆਦਾ ਵਿਕਰੀ 'ਚ ਆ, ਹਿੱਚ ਵਗੈਰਾ ਜਿਵੇਂ ਆਪਾਂ ਬੂਮ ਵੀ ਕਹਿ ਦਿੰਦੇ, ਹਿੱਚ ਵੀ ਕਹਿ ਦਿੰਦੇ, ਕਾਫੀ ਦੇਖੋ ਹੁਣ ਤੁਸੀਂ ਇਹਦੀ ਆਹ ਚੀਜ਼ ਦੀ ਬਣਤਰ ਦੇਖੋ, 18 ਇੰਚ ਦੇ ਕਰੀਬ ਇਹਦੀ ਮਤਲਬ ਆਹ ਚੀਜ਼ ਬਣੀ ਹੋਈ ਆ, ਤੇ 12 mm ਦੇ ਵਿੱਚ ਇੱਥੇ ਸਾਰੀ ਪਲੇਟ ਯੂਜ਼ ਕੀਤੀ ਗਈ ਆ, ਮਤਲਬ ਬਹੁਤ ਹੈਵੀ ਮਾਡਲ ਦੇ ਵਿੱਚ ਆ ਜਾਂਦਾ ਬਿਲਕੁਲ ਇੱਕ। ਹਾਂਜੀ, ਇਹ ਮੈਨੂੰ ਲੱਗਦਾ ਤੁਸੀਂ ਖੁੱਲਦਾ ਵੀ ਕੀਤਾ ਹੋਇਆ ਫਿਰ? ਹਾਂਜੀ, ਇਹ ਸਾਰਾ ਖੁੱਲਦਾ ਕੀਤਾ ਜੀ। ਅੱਛਾ ਜੀ, ਖੁੱਲਦਾ ਕੀਤਾ, ਹੁੱਕ ਵੀ ਆਪਣੀ ਅੱਗੇ ਤੋਂ ਸਾਰੀ ਖੁੱਲਦੀ ਕੀਤੀ ਹੋਈ ਹੈ ਜੀ ਇਸ ਮਾਡਲ ਦੀ, ਮਤਲਬ ਸਾਰਾ ਇਹ ਖੁੱਲਦਾ ਕੀਤਾ। ਫਿਰ ਇਹਦੇ ਵਿੱਚ ਜਿਹੜਾ ਆਪਣਾ ਮਾਸਟਰ ਲੱਗਿਆ ਹੋਇਆ ਜੀ, ਮਾਸਟਰ ਦੀ ਬਹੁਤ ਜ਼ਿਆਦਾ ਕੁਆਲਿਟੀ ਹੈਗੀ ਹੈ ਜੀ, ਮਾਸਟਰ ਜਿੱਦਾਂ ਇਹ ਆਪਣਾ ਆਮ ਜਿਵੇਂ ਸਪੋਰਟਸ ਲੈਵਲਰ ਦੇ ਵਿੱਚ ਕੀ ਆ, ਆਪਣੀ ਮਤਲਬ ਪਾਈਪ ਆ ਜਿਹੜੀ ਉਹ ਨਾਲ ਨਾਲ ਵਰਕ ਕਰਦੀ ਆ, ਇਹਦੇ ਵਿੱਚ ਤੁਹਾਨੂੰ ਪਾਈਪ ਨਹੀਂ ਨਾਲ ਵਰਕ ਕਰੂ, ਕਲੀ ਚਾਈਨ ਦੇ ਨਾਲ ਅਪ ਡਾਊਨ ਕਰੂਗਾ, ਇਹਦੇ ਵਿੱਚ ਚਾਈਨ ਵਾਲਾ ਸਿਸਟਮ, ਚਾਈਨ ਸਿਸਟਮ ਆ ਜੀ ਸਾਰਾ। ਬਿਲਕੁਲ, ਉਸ ਤੋਂ ਬਾਅਦ ਚ ਆਪਣੇ ਜਿਹੜੀ ਮਤਲਬ ਜਿਹਦੇ ਕਰਕੇ ਇਹ ਮਾਡਲ ਆਪਣਾ ਜ਼ਿਆਦਾ ਵਿਕ ਰਿਹਾ, ਹਾਂਜੀ, ਸਭ ਤੋਂ ਵੱਡੀ ਖਾਸੀਅਤ ਜਿਹੜੀ ਕਸਟਮਰ ਲੱਗ ਰਹੀ ਆ, ਉਹ ਲੱਗ ਰਹੀ ਆ ਆਪਣਾ ਡਿਸਟ੍ਰੀਬਿਊਟਰ ਦੀ ਜੀ, ਇਹਦੇ ਵਿੱਚ ਇੱਕ ਸਿੰਗਲ ਪਾਈਪ ਡਿਸਟ੍ਰੀਬਿਊਟਰ ਆ ਜੀ, ਕੀ ਹੈ ਡਿਸਟ੍ਰੀਬਿਊਟਰ ਜੈਕ ਦੇ ਵਿੱਚ ਹੀ ਫਿੱਟ ਕੀਤਾ ਹੋਇਆ, ਆਮ ਦੇਖੀਏ ਆਪਾਂ ਸਾਈਡ ਤੇ ਲੱਗੇ ਹੁੰਦੇ ਆ, ਸਾਈਡ ਤੇ ਲੱਗੇ ਹੁੰਦੇ ਆ, ਸਪੋਰਟਸ ਹੋ ਗਏ ਸਾਰੇ ਮਾਡਲਾਂ ਦੇ ਵਿੱਚ ਸਾਈਡ ਤੇ ਡਿਸਟ੍ਰੀਬਿਊਟਰ ਲੱਗਿਆ ਹੁੰਦਾ, ਇਹਦੇ ਡਿਸਟ੍ਰੀਬਿਊਟਰ ਆਪਣਾ ਜਿਹੜਾ ਉਹ ਜੈਕ ਦੇ ਵਿੱਚ ਹੀ ਫਿੱਟ ਕੀਤਾ ਹੋਇਆ, ਜੈਕ ਦੇ ਵਿੱਚ ਫਿੱਟ ਕੀਤਾ ਹੋਇਆ, ਜੈਕ ਦੇ ਵਿੱਚ ਫਿੱਟ ਕੀਤਾ ਹੋਇਆ, ਇਹਨੂੰ ਉੱਪਰ ਤੋਂ ਇੱਕ ਛੋਟੇ ਜਿਹੇ ਨਟ ਦੇ ਰਾਹੀਂ ਪ੍ਰੈਸ਼ਰ ਦਿੱਤਾ ਹੋਇਆ, ਬਿਲਕੁਲ ਛੋਟਾ ਜਿਹਾ ਨਟ ਲੱਗਿਆ ਹੋਇਆ ਇਹਦੇ ਰਾਹੀਂ ਇਹਨੂੰ ਪ੍ਰੈਸ਼ਰ ਦਿੱਤਾ ਹੋਇਆ, ਠੀਕ ਹੈ, ਬਾਕੀ ਉਦਾਂ ਹੀ ਆ, ਜਿੱਦਾਂ ਕੋਈ ਦਿੱਕਤ ਪੈਂਦੀ ਆ ਡਾਇਰੈਕਸ਼ਨਲ ਵਾਲਵ ਇਕੱਲਾ ਚੇਂਜ ਹੋ ਜਾਂਦਾ, ਮਤਲਬ ਜ਼ਿਆਦਾ ਪਾਈਪਾਂ ਵਾਲਾ ਸਿਸਟਮ ਘੱਟ ਗਿਆ, ਪਾਈਪਾਂ ਦਾ ਸਿਸਟਮ ਘੱਟ ਗਿਆ ਜੀ, ਮਤਲਬ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਗੱਲ ਕਰੀਏ ਵੀ ਬਾਹਲਾ ਬੱਕਟ ਦੇ ਉੱਤੇ ਖਲਾਰਾ ਜਿਹਾ ਨਹੀਂ ਰਹਿੰਦਾ ਜੀ, ਅੰਦਰ ਦੀ ਪਾਈਪਾਂ ਆਉਂਦੀਆਂ ਸਿੱਧੀਆਂ ਬਾਹਰ ਨਿਕਲ ਜਾਂਦੀਆਂ ਨੇ। ਉਸ ਤੋਂ ਬਾਅਦ ਚ ਆਪਾਂ ਗੱਲ ਕਰਦੇ ਹਾਂ ਇਹਦੇ ਹਿੱਸੇ ਦੀ, ਹਿੱਸਾ ਜਿਵੇਂ ਆਮ ਤੌਰ ਤੇ ਸਪੋਰਟਸ ਦਾ ਹਿੱਸਾ ਹੁੰਦਾ ਉਹ ਇੱਕ ਜਗ੍ਹਾ ਤੋਂ ਬੈਰਿੰਗ ਦੇ ਵਿੱਚ ਫੜਿਆ ਹੁੰਦਾ, ਉੱਥੋਂ ਕੀ ਆ ਜਦੋਂ ਆਪਣੇ ਵੱਟ ਦੇ ਕੋਲ ਦੀ ਕਰਾਹਾ ਜਾਂਦਾ ਜਾਂ ਮੰਨ ਲਓ ਆਪਾਂ ਮੋੜਦੇ ਆ ਨਜ਼ਦੀਕ ਦੀ ਜ਼ਿਆਦਾ ਮੋੜ ਦਿੰਦੇ ਆ ਵੱਟ ਪੈਂਦਾ, ਉੱਥੇ ਇੱਥੋਂ ਪੱਟ ਦਿੰਦਾ, ਬਿਲਕੁਲ ਹੱਬ ਨੂੰ ਪੱਟ ਦਿੰਦਾ, ਇਹ ਕੀ ਆ ਅਸੀਂ ਇੱਥੋਂ ਪੂਰੀ ਸ਼ਾਫਟ ਇੱਥੋਂ ਤੋਂ ਲੈ ਕੇ ਤੇ ਇੱਥੋਂ ਤੱਕ ਕੱਢ ਦਿੱਤੀ ਹੈ ਸਾਰੀ, ਇੱਥੇ ਵੀ ਇਹ ਬ੍ਰੈਕਟ ਦੇ ਵਿੱਚ ਬੰਨ੍ਹ,
ਇਹਦਾ ਵਜ਼ਨ ਅਪਰੋਕਸੀਮੇਟ ਆ ਜਾਂਦਾ ਜੀ ਜਿਵੇਂ ਆਪਾਂ ਗੱਲ ਕਰੀਏ 7 ਕੁਇੰਟਲ 70 ਤੋਂ 80 ਦੇ ਵਿੱਚ ਵਿੱਚ 80 ਦੇ ਵਿੱਚ ਇਹ 7 ਫੁੱਟ ਆ ਕਿ 8 ਫੁੱਟ ਆ ਜੀ 7 ਫੁੱਟ ਆ ਜੀ ਇਹ 7 ਫੁੱਟ ਆ 7 ਫੀਟ ਬਕਟ ਆ ਜੀ ਜ਼ਿਆਦਾਤਰ ਚੱਲਦੀ 7 ਫੀਟ ਆ ਜੀ ਆਪਣੇ ਪੰਜਾਬ ਦੇ ਵਿੱਚ ਬਾਕੀ ਇਸ ਤੋਂ ਇਲਾਵਾ ਆਪਾਂ 8 9 10 12 ਤੱਕ ਦੇ ਸਕਦੇ ਆ ਸੋ ਇਹਦੇ ਪ੍ਰਾਈਸ ਵਗੈਰਾ ਦੀ ਗੱਲ ਕਰੀਏ ਇਹ ਜਿਹੜੀ ਬਕਟ ਆ ਸਾਡੀ ਇਹ ਬਹੁਤ ਸੋਹਣੇ ਰੇਟ ਦੇ ਵਿੱਚ ਜਾ ਰਹੀ ਹੈ ਜੀ 2,45,000 ਰੁਪਏ ਦੇ ਵਿੱਚ ਅਸੀਂ ਇਹਨੂੰ ਸੇਲ ਕਰ ਰਹੇ ਹਾਂ ਵਿਦ ਸਿਸਟਮ ਵਿਦ ਸਿਸਟਮ ਵੀ ਹੈ ਹਾਂਜੀ ਸਿਸਟਮ ਕਿਹੜਾ ਹੈ ਵਰਤਦੇ ਫਿਰ ਇਹਦੇ ਵਿੱਚ ਸਿਸਟਮ ਇਹਦੇ ਵਿੱਚ ਅਲਫਾ ਦਾ ਯੂਜ਼ ਕਰਦੇ ਹਾਂ ਜੀ ਅਲਫਾ ਦਾ ਹਾਂ ਅਲਫਾ ਜ਼ਿਆਦਾ ਟੌਪਕੌਰਨ ਸੋਕੀ ਆ ਉਹ ਥੋੜਾ ਜਿਹਾ ਅਪ ਹੋ ਜਾਂਦਾ ਜੀ ਰੇਟ ਦੇ ਵਿੱਚ ਪਰ ਜ਼ਿਆਦਾਤਰ ਅੱਜ ਦੀ ਤਰੀਕ ਦੇ ਵਿੱਚ ਅਲਫਾ ਹੀ ਜ਼ਿਆਦਾ ਚੱਲ ਰਿਹਾ ਕਿਉਂਕਿ ਰਿਪੇਅਰ ਵਗੈਰਾ ਈਜ਼ੀ ਆ ਠੀਕ ਹੈ ਜੀ ਹੋਰ ਕਈ ਚੀਜ਼ਾਂ ਉਹ ਸਿਸਟਮ ਦੇ ਵਿੱਚ ਕਸਟਮਰ ਵੀ ਜ਼ਿਆਦਾ ਪਸੰਦ ਕਰ ਰਿਹਾ ਅਲਫਾ ਨੂੰ ਆਫਰ ਵਗੈਰਾ ਵੀ ਚੱਲ ਰਿਹਾ ਕੋਈ ਆਫਰ ਚੱਲ ਰਿਹਾ ਜੀ 31 ਮਾਰਚ ਤੱਕ ਆਪਣਾ ਇਹ ਆਫਰ ਹੈ ਜੀ ਇਹ ਕਰਾਹੀ ਦੇ ਨਾਲ ਆਪਣਾ ਸਪੋਰਟਸ ਦੇ ਨਾਲ 2,35,000 ਰੁਪਏ ਅਲਫਾ ਦਾ ਸਿਸਟਮ ਲਾ ਕੇ 2 ਸਾਲ ਦੀ ਵਾਰੰਟੀ ਠੀਕ ਹੈ ਜੀ ਠੀਕ ਹੈ ਜੀ 1 ਸਾਲ ਦੀ ਕੰਪਨੀ ਵੱਲੋਂ 1 ਸਾਲ ਦੀ ਸਾਡੇ ਵੱਲੋਂ ਤੁਹਾਡੇ ਵੱਲੋਂ ਹਾਂਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਉਸ ਮਾਡਲ ਦੀ ਉਹਦਾ ਸਾਡਾ 2,45,000 ਰੁਪਏ 2 ਸਾਲ ਦੀ ਵਾਰੰਟੀ ਇਹਦੇ ਡਿਸਟ੍ਰੀਬਿਊਟਰ ਦੀ ਤੁਹਾਨੂੰ 1 ਸਾਲ ਦੀ ਵਾਰੰਟੀ ਆ ਸਪੋਰਟਸ ਵਾਲੀ ਦੀ ਇਹਦੀ ਤੁਹਾਨੂੰ 2 ਸਾਲ ਦੀ ਵਾਰੰਟੀ ਆ ਇਹਦੀ 2 ਸਾਲ ਦੀ ਰਿਪਲੇਸਮੈਂਟ ਹੀ ਆ ਜੀ ਅਸੀਂ ਚੇਂਜ ਕਰਕੇ ਦੇਵਾਂਗੇ ਜੇ 2 ਸਾਲ ਚ ਡਿਸਟ੍ਰੀਬਿਊਟਰ ਨੂੰ ਕੁਝ ਵੀ ਹੋ ਜਾਂਦਾ ਇਹਦੀ ਆਫਰ ਕਿੰਨਾ ਟਾਈਮ ਤੱਕ ਹੈ 31 ਮਾਰਚ ਤੱਕ ਜੀ ਲੈ ਵੀ ਮਿੱਤਰੋ ਕਰ ਲਓ ਨੋਟ 31 ਮਾਰਚ ਤੱਕ ਆਫਰ ਆ ਬਾਅਦ ਚ ਨਾ ਫੋਨ ਕਰੀ ਜਾਓ ਜੀ ਭਾਈ ਤੇ 2,35 ਸਪੋਰਟਸ ਤੇ 2,45 ਚ ਸਪੋਰਟਸ ਪਲੱਸ ਪਲੱਸ ਦੇ ਹਾਂਜੀ ਸੋ ਮੰਨ ਲਾ ਵੀ ਹਰੇਕ ਕਲਰ ਦਾ ਹਨਾ ਜਿੱਦਾਂ ਦੀ ਆਪਸ਼ਨ ਵਾਲਾ ਕਸਟਮਰ ਹਾਂਜੀ ਹਾਂਜੀ ਜਿਵੇਂ ਇਹ ਜੌਂਡੀਅਰ ਕਲਰ ਆ ਗਿਆ ਜੀ ਇਹਨੂੰ ਸਵਰਾਜ ਕਲਰ ਕਹਿ ਦਿੰਦੇ ਆ ਉਸ ਨੂੰ 9-11 ਵਾਲਾ ਕਲਰ ਕਹਿੰਦੇ ਜਿਹਦੀ ਅੱਜ ਕੱਲ ਜ਼ਿਆਦਾਤਰ ਪਪੂਲੈਰਿਟੀ ਜ਼ਿਆਦਾ ਹਾਂਜੀ ਸੋ ਆਪਾਂ ਹੁਣ ਤੁਹਾਨੂੰ ਲੇਜ਼ਰ ਲੈਵਲਰ ਤਾਂ ਦਿਖਾਤੇ ਮੇਨ ਆਪਾਂ ਚਲੋ ਲੇਜ਼ਰ ਲੈਵਲਰ ਲੈ ਵੀ ਲਿਆ ਸਰਵਿਸ ਦੀ ਬੜੀ ਹਨਾ ਜ਼ਰੂਰਤ ਪੈਂਦੀ ਹੈ ਕਈ ਦਿੱਕਤ ਵੀ ਆ ਜਾਂਦੀ ਹੈ ਹਨਾ ਹਾਂਜੀ ਵਾਹਣ ਦੇ ਵਿੱਚ ਹਨਾ ਤੇ ਉਹ ਫਿਰ ਸਰਵਿਸ ਵਗੈਰਾ ਦਾ ਕੀ ਪ੍ਰਬੰਧ ਸਰਵਿਸ 1 ਸਾਲ ਦੀ ਸਰਵਿਸ ਸਾਡੇ ਵੱਲੋਂ ਫ੍ਰੀ ਹੋਊਗੀ ਕਸਟਮਰ ਨੂੰ ਜੀ ਉਸ ਤੋਂ ਬਾਅਦ ਜੇ ਕਿਸੇ ਏਰੀਆ ਦੇ ਵਿੱਚ ਸਾਡਾ ਮੰਨ ਲਓ ਲੈਵਲਰ ਜਾਂਦਾ ਮੰਨ ਲਓ ਬਰਨਾਲਾ ਤੋਂ ਸਾਡੇ ਕੋਲ ਕੋਈ ਕਸਟਮਰ ਲੈਵਲਰ ਲੈ ਗਿਆ ਉਸ ਏਰੀਆ 'ਚ ਸਾਡਾ ਲੈਵਲਰ ਜਾਂਦਾ ਬਕਾਇਦਾ ਅਸੀਂ ਉਹਨੂੰ ਫੋਨ ਕਰਦੇ ਹਾਂ ਕਾਲ ਕਰਦੇ ਹਾਂ ਭਾਈ ਅਸੀਂ ਇੱਥੇ ਅੱਜ ਆਏ ਹੋਏ ਹਾਂ ਤੁਸੀਂ ਕੋਈ ਰਿਪੇਅਰ ਕਰਾਉਣਾ ਸੈੱਟ ਕਰਾਉਣਾ ਸਾਡੇ ਤੋਂ ਕਰਵਾ ਸਕਦੇ ਮਤਲਬ ਉਸ ਏਰੀਆ ਦੇ ਵਿੱਚ ਵੀ ਸਾਡਾ ਮਤਲਬ ਜੇ ਅਸੀਂ ਜਾਵਾਂਗੇ ਤਾਂ ਉਹਦਾ ਫ੍ਰੀ 'ਚ ਕਰਕੇ ਆਵਾਂਗੇ ਫ੍ਰੀ 'ਚ ਹਾਂ ਫ੍ਰੀ 'ਚ ਕਰਕੇ ਆਵਾਂਗੇ ਜੇ ਅਸੀਂ ਉਸ ਏਰੀਆ ਦੇ ਵਿੱਚ ਆਵਾਂਗੇ ਨਹੀਂ ਤਾਂ ਦੂਸਰੇ ਸਾਲ ਕਸਟਮਰ ਆਪ ਆਉਂਦਾ ਅਸੀਂ ਫ੍ਰੀ 'ਚ ਕਰਕੇ ਦੇ ਫ੍ਰੀ 'ਚ ਕਰਕੇ ਦੇ ਸੋ ਜਿਵੇਂ ਆਪਣੇ ਮਤਲਬ ਲੇਜ਼ਰ ਲੈਵਲ ਦੇ ਵਿੱਚ ਦਿੱਕਤ ਹੁੰਦੀ ਹੈ ਰਿਪੇਅਰਿੰਗ ਵੀ ਕਰਦੇ ਆ ਹਨਾ ਕਿਸ ਸਿਸਟਮ ਨਾਲ ਕਰਦੇ ਆ ਨਹੀਂ ਆਪਾਂ ਰਿਪੇਅਰ ਵੀ ਕਰ ਦਿੰਨੇ ਆ ਕਈ ਵਾਰੀ ਕੀ ਹੁੰਦਾ ਕਸਟਮਰ ਨੂੰ ਇਮੀਡੀਏਟ ਹੁੰਦਾ ਹੁਣ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆਪਣੇ ਕੋਲੇ ਬਹੁਤ ਸਾਰਾ ਮਤਲਬ ਬੈਕਅਪ ਆ ਜਿਵੇਂ ਆਪਾਂ ਗੱਲ ਕਰੀਏ ਸਿਸਟਮ ਦੇ ਵਿੱਚ ਤੁਸੀਂ ਦੇਖੋ ਵੀ ਆਪਣੇ ਕੋਲੇ ਉਹ 올ਡ ਸਿਸਟਮ ਪਏ ਹੋਏ ਨੇ 8-10 ਅਸੀਂ ਸਿਸਟਮ ਹਰ ਵੇਰੇ 올ਡ ਰੱਖਦੇ ਆ ਜੀ ਮਤਲਬ ਕਸਟਮਰ ਨੂੰ ਕੱਲ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਰਿਪਲੇਸਮੈਂਟ ਹੀ ਦੇ ਦਿੰਨੇ ਆ ਬਿਲਕੁਲ ਫਿਰ ਆਪਾਂ ਨਵੇਂ ਸਿਸਟਮਾਂ ਦੀ ਜਿੱਦਾਂ ਗੱਲ ਕਰੀਏ ਅਲਫਾ ਦੇ ਵਿੱਚ ਸਾਡਾ ਇਹ ਮਾਡਲ ਆ ਜਾਂਦਾ ਜਿਹੜਾ ਸਭ ਤੋਂ ਜ਼ਿਆਦਾ ਵਿਕ ਰਿਹਾ ਜ਼ਿਆਦਾ ਅੱਜ ਦੇ ਟਾਈਮ ਇਹ ਅਲਫਾ ਦਾ ਸੈੱਟ ਹੈ ਜੀ ਹਾਂਜੀ ਇਹ ਅਲਫਾ ਦਾ ਸਿਸਟਮ ਹੈ ਜੀ ਇਹਦੇ ਵਿੱਚ ਓਰੀਜਨਲ ਸਿਸਟਮ ਹੈ ਜੀ USA ਮੇਡ ਇਨ ਕੈਲੀਫੋਰਨੀਆ ਠੀਕ ਹੈ ਜੀ ਠੀਕ ਹੈ ਜੀ ਓਰੀਜਨਲ ਸੈੱਟ ਹੋਊਗਾ ਜੀ ਕਸਟਮਰ ਨੂੰ ਵਾਰੰਟੀ ਦੇਵਾਂਗੇ ਲਿਖ ਕੇ ਦੇਵਾਂਗੇ ਵੀ ਜਿਹੜੀ ਅਸੀਂ ਆਹ ਚੀਜ਼ ਵੇਚ ਰਹੇ ਹਾਂ ਇਹ ਓਰੀਜਨਲ ਅਲਫਾ ਦੀ ਹੀ ਹੈ ਅਲਫਾ ਦੀ ਅੱਜ ਕੱਲ ਮਾਰਕੀਟ ਦੇ ਵਿੱਚ ਡੁਪਲੀਕੇਟ ਹੀ ਜ਼ਿਆਦਾ ਜੀ ਠੀਕ ਹੈ ਜੀ ਕਸਟਮਰ ਦੀ ਕੰਪਲੇਨ ਹੁੰਦੀ ਆ ਬਾਈ ਜੀ ਡੁਪਲੀਕੇਟ ਮਿਲ ਰਿਹਾ ਹਾਂਜੀ ਅਸੀਂ ਓਰੀਜਨਲ ਦਿੰਨੇ ਆ ਜੀ ਬਿਲਕੁਲ ਅਸੀਂ ਇਹ ਚੀਜ਼ ਦੀ ਗਰੰਟੀ ਕਰਦੇ ਹਾਂ ਇਹ ਸੈੱਟ USA ਕੈਲੀਫੋਰਨੀਆ ਤੋਂ ਬਣ ਕੇ ਆਇਆ ਹੋਇਆ ਫੋਰਨ ਦਾ ਮਾਡਲ ਹੈ ਫੋਰਨ ਦਾ ਮਾਡਲ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਚ ਆਪਾਂ ਗੱਲ ਕਰੀਏ ਰਿਸੀਵਰ ਕੰਟਰੋਲ ਬਾਕਸ ਹਾਂਜੀ ਇੱਕ ਤਾਂ ਇਹ ਸਾਡਾ ਮਾਡਲ ਆ ਜਾਂਦਾ ਬਿਲਕੁਲ ਇੱਕ ਸਾਡਾ ਆ ਮਾਡਲ ਆ ਜਾਂਦਾ ਜੀ ਇਹ ਮਾਡਲ ਦੇ ਵਿੱਚ ਕੀ ਹੈ ਜੀ ਤੁਸੀਂ ਇਹਨੂੰ ਪਾਣੀ ਪਾ ਦਿਓ ਡਬੋ ਦਿਓ ਹਾਂਜੀ ਫੁੱਲ ਗਾਰੰਟੀ ਹੈ ਸਾਡੀ ਜੀ ਆਪਾਂ ਕਹਿ ਲਈਏ ਵੀ ਇਹ ਵਾਟਰਪਰੂਫ ਹੈ ਸਾਰਾ ਵਾਟਰਪਰੂਫ ਜਿਵੇਂ ਮੋਬਾਈਲ ਕਹਿ ਦਿੰਦਾ ਵੀ ਵਾਟਰਪਰੂਫ ਹੈ ਇਹ ਵੀ ਵਾਟਰਪਰੂਫ ਕਸਟਮਰ ਪਾਣੀ ਪਾ ਕੇ ਲੈ ਆਵੇ ਜੀ ਆਪਾਂ ਨਵਾਂ ਦੇਵਾਂਗੇ ਅੱਛਾ ਜੀ ਹਾਂ ਆਹ ਦੇਖ ਲਓ ਬਾਈ ਵਾਟਰਪਰੂਫ ਹੈ ਪੂਰਾ ਇਹ ਆਪਾਂ ਕੰਟਰੋਲਰ ਕਹਿ ਦਿੰਦੇ ਹਾਂ ਕੰਟਰੋਲਰ ਠੀਕ ਹੈ ਕੰਟਰੋਲਰ ਵਿਦ ਰਿਸੀਵਰ ਦੋਨੋਂ ਵਾਟਰਪਰੂਫ ਰਹਿਣਗੇ ਅੱਛਾ ਇਹਦਾ ਜਿਹੜਾ ਆਪਾਂ ਕੰਪਿਊਟਰ ਕਰਾਹੇ ਦੇ ਉੱਪਰ ਲੱਗਦਾ ਹੈਗਾ ਹਾਂਜੀ 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 ਇਹ ਵੀ ਵਾਟਰਪਰੂਫ ਹੈ ਸਾਰਾ ਵਾਟਰਪਰੂਫ ਹੈ ਜੀ ਟੋਟਲੀ ਠੀਕ ਹੈ ਜੀ ਟੋਟਲੀ ਵਾਟਰਪਰੂਫ ਆ ਕਸਟਮਰ ਦੀ ਕੰਪਲੇਨ ਹੁੰਦੀ ਹੈ ਜੀ ਲੋਹੇ ਦੀ ਬੋਡੀ 'ਚ ਜਿੰਨੇ ਵੀ ਸਿਸਟਮ ਆਉਂਦੇ ਆ ਜੀ ਉਹਨਾਂ 'ਚ ਕੀ ਹੈ ਜੀ ਜਿਵੇਂ ਆਪਣੇ ਬਾਹਰਲੇ ਪਾਸੇ ਮਤਲਬ ਮੌਸਮ ਖਰਾਬ ਹੋਇਆ ਬਾਰਿਸ਼ ਹੋਈ ਉਹਨਾਂ ਦੇ ਅੰਦਰਲੇ ਪਾਸੇ ਜਿੱਦਾਂ ਆਪਾਂ ਗੱਲ ਕਰਕੇ ਪਾਣੀ ਦੇ ਤੁਪਕੇ ਚੱਲ ਜਾਂਦੇ ਨੇ ਬਿਲਕੁਲ ਉਹ ਤਾਂ ਪਾਣੀ 'ਚ ਵੀ ਆਪਾਂ ਗਲਾਸ ਰੱਖਦੇ ਉਹਦੇ ਬਾਹਰਲੇ ਪਾਸੇ ਤੁਪਕੇ ਆ ਜਾਂਦੇ ਬਿਲਕੁਲ ਉਹ ਚੀਜ਼ ਹੋ ਜਾਂਦੀ ਹੈ ਇਹਦੇ ਵਿੱਚ ਉਹ ਚੀਜ਼ ਨਹੀਂ ਇਹਦੀ ਬਾਡੀ ਇਦਾਂ ਦੀ ਬਣੀ ਹੋਈ ਹੈ ਇਹ ਜੇ ਮੈਟਲ ਦੀ ਬਣੀ ਹੋਈ ਹੈ ਇਹਦੇ ਅੰਦਰ ਮਤਲਬ ਵੀ ਨਮੀ ਨਹੀਂ ਬਣਦੀ ਅੰਦਰ ਨਮੀ ਨਹੀਂ ਜਾਊਗੀ ਠੀਕ ਨਮੀ ਨਹੀਂ ਜਾਊਗੀ ਬਿਲਕੁਲ ਇਹ ਚੀਜ਼ PCB ਨੂੰ ਬਚਾਉਂਦੀ ਹੈ ਜੀ ਠੀਕ ਹੈ ਇਹ ਵੀ ਆਪਾਂ ਦੇਖੀਏ ਅਲਫਾ ਦਾ ਹੀ ਹੈ ਨਾ ਇਹ ਸਾਡੀ ਆਪ ਦੀ ਬ੍ਰਾਂਡਿੰਗ ਆਪ ਦਾ ਮੈਨੂਫੈਕਚਰ ਠੀਕ ਹੈ ਸਾਡੀ ਆਪ ਦੀ ਬ੍ਰਾਂਡਿੰਗ ਦੇ ਵਿੱਚ ਆਪ ਦੀ ਬ੍ਰਾਂਡਿੰਗ ਦੇ ਵਿੱਚ ਹਾਂਜੀ ਨਾਨਕ ਗਰੁੱਪ ਦੀ ਆਪ ਦੀ ਬ੍ਰਾਂਡਿੰਗ ਦੇ ਵਿੱਚ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਚ ਆਪਾਂ ਇੱਕ ਚੀਜ਼ ਹੋਰ ਮਤਲਬ ਮੈਂ ਕਸਟਮਰ ਦੇ
25,000 100-10 ਅੱਛਾ ਉਹ ਫ੍ਰੀ ਕਰਕੇ ਦਿੰਦੇ ਫ੍ਰੀ ਕਰਕੇ ਦਿੰਦੇ ਆ ਜੀ ਉਹਦੇ ਮਤਲਬ 3,000 ਰੁਪਏ ਕੀਮਤ ਹੁੰਦੀ ਹੈ ਜੀ ਆਮ ਤੌਰ ਤੇ 2,500-3,000-2,000 ਹਾਂਜੀ ਮਤਲਬ ਇਹ ਮਾਰਕੀਟ ਦੇ ਵਿੱਚ ਰੇਟ ਚੱਲਦਾ ਇਹਦਾ ਜੀ ਆਪਾਂ ਫ੍ਰੀ ਚ ਕਰਕੇ ਦਿੰਦੇ ਆ ਫ੍ਰੀ ਚ ਕਰਕੇ ਦਿੰਦੇ ਆ ਚਾਹੇ ਕਸਟਮਰ ਸਾਡੇ ਤੋਂ ਲੈਵਲਰ ਨਾਮ ਹੀ ਲੈ ਕੇ ਜਾਵੇ ਹਾਂਜੀ ਸਾਡੇ ਕੋਲ ਕੱਲੀ ਕੈਲੀਬ੍ਰੇਸ਼ਨ ਕਰਾਉਣਾ ਜੀ ਅਸੀਂ ਉਹ ਵੀ ਫ੍ਰੀ ਕਰਕੇ ਦੇਵਾਂਗੇ ਅਸੀਂ ਤੁਹਾਡੇ ਚੈਨਲ ਦੇ ਥਰੂ ਇਹ ਚੀਜ਼ ਕਹਿੰਦੇ ਆ ਵੀ ਅਸੀਂ ਕੱਲ ਆ ਜੇ ਸਾਡੇ ਕੋਲੇ ਮੰਨ ਲਓ ਕਿਤੋਂ ਵੀ ਲੈਵਲਰ ਲੈ ਜੇ ਕਿਸੇ ਵੀ ਡਿਸਟ੍ਰਿਕਟ ਚ ਲਿਆ ਵੀ ਅਸੀਂ ਫ੍ਰੀ ਕਰਕੇ ਦੇਵਾਂਗੇ ਫ੍ਰੀ ਕਰਕੇ ਦੇਣੇ ਆ ਫੁੱਲ ਉਹਨੂੰ ਇਹ ਨਹੀਂ ਕਹਾਂਗੇ ਵੀ ਭਾਈ ਤੂੰ ਸਾਡੇ ਤੋਂ ਲੈਵਲਰ ਨਹੀਂ ਲਿਆ ਤੂੰ ਫ੍ਰੀ ਕਰਕੇ ਦੇਵਾਂਗੇ ਮਾੜਾ ਜਿਹਾ ਨਾ ਪੰਜਾਬੀ ਚ ਵੀ ਸਮਝਾ ਦੇ ਆਪਣੇ ਜ਼ਿਮੀਂਦਾਰਾਂ ਨੂੰ ਕਈ ਅੰਗਰੇਜ਼ੀ ਦੇ ਵਰਡਿੰਗ ਨਹੀਂ ਪਤਾ ਲੱਗਦਾ ਵੀ ਜਿਹੜਾ ਹੈ ਕੀ ਸਿਸਟਮ ਆ ਉਹ ਮੰਨ ਲਓ ਜਿਵੇਂ ਆਪਣਾ ਸਿਸਟਮ ਜੀ ਢਾਲ ਦੇ ਜਾਂਦਾ ਇਹ ਢਾਲ ਦੇ ਗਿਆ ਜੀ ਢਾਲ ਦੇਣ ਤੋਂ ਬਾਅਦ ਤੁਸੀਂ ਕਿਤੇ ਵੀ ਜਾਂਦੇ ਹੋ ਤੁਹਾਡੇ ਪੈਸੇ ਲੱਗਦੇ ਨੇ ਜੀ ਅਸੀਂ ਉਸ ਚੀਜ਼ ਨੂੰ ਫ੍ਰੀ 'ਚ ਠੀਕ ਕਰਕੇ ਦੇਵਾਂਗੇ ਫ੍ਰੀ 'ਚ ਬਿਲਕੁਲ ਫ੍ਰੀ 'ਚ ਚਾਹੇ ਉਹ ਕਸਟਮਰ ਸੀਜ਼ਨ 'ਚ ਇੱਕ ਵਾਰੀ ਆ ਜੇ ਚਾਹੇ ਦੋ ਵਾਰੀ ਆ ਜੇ ਅਸੀਂ ਉਹ ਚੀਜ਼ ਦੇ ਪੈਸੇ ਨਹੀਂ ਲੈਂਦੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਜਿੰਨੀ ਵੀ ਰਿਪੇਅਰ ਕਰਦੇ ਹਾਂ ਜੀ ਈਵਨ ਹਰੇਕ ਚੀਜ਼ ਦੀ ਅਸੀਂ ਰਿਪੇਅਰ ਕਰਦੇ ਹਾਂ ਜੀ ਕਿਸੇ ਵੀ ਸੈੱਟ ਦੀ ਕਿਸੇ ਅਸੀਂ ਇਸੇ ਟੇਬਲ ਤੇ ਹੀ ਕਰਦੇ ਹਾਂ ਆਮ ਦੇਖੀਏ ਵੀ ਕਈ ਆਮ ਨਹੀਂ ਲੱਗਦਾ ਤੁਹਾਡਾ ਬਣਾਇਆ ਵੀ ਤੁਸੀਂ ਸਾਹਮਣੇ ਬਹਿ ਕੇ ਕਰੋਗੇ ਜਦੋਂ ਕਸਟਮਰ ਆ ਗਿਆ ਸਾਹਮਣੇ ਹੀ ਕਰਾਂਗੇ ਜੀ ਜਿਵੇਂ ਆਮ ਮੰਨ ਲਓ ਕਿਤੇ ਵੀ ਆਪਾਂ ਜਾਂਦੇ ਹਾਂ ਜੀ ਹਰੇਕ ਦਾ ਅਲੱਗ ਕੈਮਰ ਬਣਿਆ ਹੁੰਦਾ ਜੀ ਰਿਪੇਅਰ ਕਰਦੇ ਨੇ ਜਾਂ ਨਹੀਂ ਕਰਦੇਗੇ ਕਸਟਮਰ ਨੂੰ ਇਹ ਚੀਜ਼ ਤੇ ਬਲੀਵ ਨਹੀਂ ਹੁੰਦਾ ਬਿਲਕੁਲ ਅਸੀਂ ਸਾਹਮਣੇ ਕਰਦੇ ਹਾਂ ਜੇ ਮੰਨ ਲਾ ਤੁਹਾਡੇ ਕੋਲੇ ਰਿਪੇਅਰ ਕਰਾਉਣ ਆਉਂਦਾ ਤਾਂ ਤੁਸੀਂ ਇੱਥੇ ਸਾਹਮਣੇ ਕਰਕੇ ਦਿਓਗੇ ਸਾਹਮਣੇ ਬਿਲਕੁਲ ਇਹ ਵੀ ਆਪਾਂ ਇੱਥੇ ਕਸਟਮਰ ਬੈਠਾ ਹੋਊਗਾ ਜੀ ਇੱਥੇ ਅਸੀਂ ਉਹਦੀ ਚੀਜ਼ ਖੋਲਾਂਗੇ ਖੋਲ ਕੇ ਦੇਣ ਜੇ ਕੋਈ ਚੀਜ਼ ਪੈਂਦੀ ਆ ਤਾਂ ਪੈਸੇ ਲਵਾਂਗੇ ਨਹੀਂ ਅਸੀਂ ਉਹਨੂੰ ਅਦਰਵਾਈਜ਼ ਉਵੇਂ ਹੀ ਕਹਿ ਦਾਂਗੇ ਭਾਈ ਤੇਰਾ ਠੀਕ ਆ ਜੇ ਆਪਾਂ ਵੇਖੀਏ ਸੇਲ ਤਾਂ ਚੀਜ਼ ਹਰ ਕੋਈ ਹੁੰਦਾ ਮੇਨ ਹੁੰਦੀ ਆ ਸਰਵਿਸ ਹੈ ਨਾ ਮੇਨ ਸਰਵਿਸ ਸਰਵਿਸ ਦੇਣੀ ਬੈਸਟ ਆ ਨਾ ਦੇਣੀ ਚਾਹੀਦੀ ਆ ਬਿਲਕੁਲ ਜੀ ਸਰਵਿਸ ਸਾਡੀ ਮਤਲਬ ਸਾਡੇ ਕੋਲੇ ਪੁਰਾਣੇ ਤੋਂ ਪੁਰਾਣਾ ਕਸਟਮਰ ਵੀ ਆਏ ਨੇ ਜਿਵੇਂ ਇੱਕ ਥੋੜੇ ਦਿਨ ਪਹਿਲਾਂ ਬਾਈ ਮੋਗੇ ਤੋਂ ਆਈ ਸੀ ਸਾਡੇ ਕੋਲੇ ਉਹਨਾਂ ਨੂੰ ਕਿਸੇ ਕੰਪਨੀ ਵਾਲੇ ਨੇ ਲੈਵਲਰ ਦਿੱਤਾ ਸੀਗਾ ਅਲਫਾ ਦਾ ਲੈਵਲਰ ਸੀ ਖਰਾਬ ਸੀ ਮੈਨੂੰ ਕਹਿੰਦੇ ਵੀਰੇ ਆਪਣਾ ਠੀਕ ਕਰਨਾ ਮੈਂ ਕਿਹਾ ਬਾਈ ਲਿਓ ਚਾਹ ਪਾਣੀ ਪਿਆ ਆ ਬਾਈ ਦਾ ਕੰਮ ਕਾਰ ਕੀਤਾ ਤੇ ਫ੍ਰੀ ਚ ਆਪਾਂ ਨੂੰ ਤੋੜ ਦਿੱਤਾ ਬਿਲਕੁਲ ਮਤਲਬ ਸਾਡੀ ਸਰਵਿਸ ਫ੍ਰੀ ਰਹਿੰਦੀ ਹੈ ਜੀ ਹਰ ਵੇਲੇ ਜੀ ਹਾਂਜੀ ਸੋ ਦੋਸਤੋ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਿੱਤੀ ਆ ਮੇਨ ਵੱਡੀ ਜਾਣਕਾਰੀ ਆ ਮਤਲਬ ਅੱਜ ਤੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤੀ ਹੋਣੀ ਹੈ ਨਾ ਸੋ ਰਿਪੇਅਰਿੰਗ ਬਾਰੇ ਤੁਹਾਨੂੰ ਦੱਸਿਆ ਹੈ ਨਾ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਬਾਕੀ ਸਕਰੀਨ 'ਤੇ ਨੰਬਰ ਵੀ ਚੱਲ ਰਿਹਾ ਬਾਈ ਦੇ ਸੋ ਕਿਸੇ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਆ ਕਿਸੇ ਤਰ੍ਹਾਂ ਦਾ ਵੀ ਲੇਜ਼ਰ ਲੈਵਲਰ ਆ ਸਿਸਟਮ ਕਿਸੇ ਤਰ੍ਹਾਂ ਦਾ ਵੀ ਹੈ ਨਾ ਸੋ ਸਾਰਿਆਂ ਦੀ ਰਿਪੇਅਰ ਕਰਕੇ ਦਿੰਦੇ ਆ ਬਾਕੀ ਤੁਹਾਨੂੰ ਬਾਈ ਨੇ ਸਾਰੀ ਜਾਣਕਾਰੀ ਦਿੱਤੀ ਆ ਸੋ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਓਕੇ ਬਾਈ